ਹੇ ਵਿਦਿਆਰਥੀਓ ਸਵਾਗਤ ਹੈ ਤੁਹਾਡਾ ਅੰਮ੍ਰਿਤ ਸੀਨੀਅਰ ਸਕੈਂਡੀ ਸਕੂਲ ਦੇ ਆਨਲਾਈਨ ਸਟੱਡੀ ਦੇ YouTube ਚੈਨਲ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਆਪਣਾ ਆਨਲਾਈਨ ਸਟੱਡੀ ਦਾ ਕੰਮ ਪੂਰੇ ਧਿਆਨ ਨਾਲ ਕਰ ਰਹੇ ਹੋਵੋਗੇ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਅੱਜ ਆਪਣੀ ਪਾਠ ਪੁਸਤਕ ਵਿੱਚੋਂ 8ਵੀਂ ਸ਼੍ਰੇਣੀ ਦੀ ਪਾਠ ਨੰਬਰ 4 ਰਾ ਗਾਰਡਨ ਦਾ ਨਿਰਮਾਤਾ ਨੇਕ ਚੰਦ ਪੜਨ ਜਾ ਰਹੇ ਹਾਂ ਜੋ ਕਿ ਕੋਮਲ ਸਿੰਘ ਜੀ ਦਾ ਲਿਖਿਆ ਹੋਇਆ ਹੈ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਆਓ ਅਸੀਂ ਪਹਿਲਾਂ ਕੁਝ ਸ਼ਬਦਾਂ ਵਿੱਚ ਇਸ ਪਾਠ ਬਾਰੇ ਜਾਣੀਏ ਰੌ ਗਾਰਡਨ ਪਾ ਪੱਥਰਾਂ ਦਾ ਬਾਗ ਨੇਕ ਚੰਦ ਜੀ ਨਿਰਮਾਨਕਰ ਜਾਨੀ ਕਿ ਉਸ ਨੂੰ ਬਣਾਉਣ ਵਾਲੇ ਜਿਸ ਨੇ ਉਹਨਾਂ ਦੀ ਰਚਨਾ ਕੀਤੀ ਚੰਡੀਗੜ੍ਹ ਦੇ ਰੌ ਗਾਰਡਨ ਦਾ ਰਚੇਤਾ ਨੇਕ ਚੰਦ ਸੈਣੀ ਇੱਕ ਵਿਸ਼ਵ ਪ੍ਰਸਿੱਧ ਸ਼ਖਸੀਅਤ ਦੇ ਮਾਲਕ ਸਨ ਰੌ ਗਾਰਡਨ ਇੱਕ ਅਜਹੀ ਤ੍ਰੋਹਰ ਹੈ ਜਿਸ ਨੇ ਚੰਡੀਗੜ੍ਹ ਨੂੰ ਵਿਸ਼ਵ ਨਕਸ਼ੇ ਤੇ ਲਿਆ ਖੜਾ ਕੀਤਾ ਹੈ ਹਰ ਸਾਲ ਲੱਖਾਂ ਦੇਸੀ ਤੇ ਵਿਦੇਸ਼ੀ ਸੈਲਾਨੀ ਸੈਲਾਨੀ ਘੁੰਮਣ ਫਿਰਨ ਵਾਲੇ ਸਿਰਫ ਰੌ ਗਾਰਡਨ ਵੇਖਣ ਲਈ ਚੰਡੀਗੜ੍ਹ ਪਹੁੰਚਦੇ ਹਨ ਆਓ ਫਿਰ ਅਸੀਂ ਪਾਠ ਨੂੰ ਪੂਰੇ ਵਿਸਥਾਰ ਨਾਲ ਪੜੀਏ ਤੇ ਰੌ ਗਾਰਡਨ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੀਏ ਚੰਡੀਗੜ੍ਹ ਦਾ ਰੌ ਗਾਰਡਨ ਕੇਵਲ ਸਾਡੇ ਦੇਸ਼ ਵਿੱਚ ਹੀ ਨਹੀਂ ਪੂਰੇ ਵਿਸ਼ਵ ਵਿੱਚ ਵਿਸ਼ਵ ਸੰਸਾਰ ਵਿੱਚ ਦੁਨੀਆ ਵਿੱਚ ਪ੍ਰਸਿੱਧ ਹੈ ਰੌ ਗਾਰਡਨ ਆਪਣੀ ਖੂਬਸੂਰਤੀ ਤੇ ਅਦਭੁਤ ਪਸ਼ਾਨ ਹੋਣ ਕਰਕੇ ਜਾਣਿਆ ਜਾਂਦਾ ਹੈ ਸੈਲਾਨੀ ਆਪ ਮੁਹਾਰੇ ਇਸ ਵੱਲ ਕਿੱਥੇ ਚਲੇ ਆਉਂਦੇ ਹਨ ਰੌ ਗਾਰਡਨ ਨੂੰ ਦੇਖ ਕੇ ਹਰ ਸੈਲਾਨੀ ਆਸ਼ਸ਼ ਕਰਦਾ ਹੋਇਆ ਆਸ਼ਸ਼ ਵਾਹ ਵਾਹ ਕਰਦਾ ਹੋਇਆ ਇਸ ਦੇ ਨਿਰਮਾਨਕਾਰ ਨੀਕਚੰਦ ਦੀ ਕਲਾ ਅਤੇ ਪੇਸ਼ਕਾਰੀ ਦੀ ਦਾਤ ਦਿੱਤੇ ਬਿਨਾ ਨਹੀਂ ਰਹਿ ਸਕਦਾ ਪਿਆਰੇ ਵਿਦਿਆਰਥੀਓ ਚੰਡੀਗੜ੍ਹ ਦਾ ਰੌ ਗਾਰਡਨ ਪੂਰੇ ਸੰਸਾਰ ਵਿੱਚ ਪ੍ਰਸਿੱਧ ਕਿ ਕਿ ਇਹ ਆਪਣੀ ਅਨੋਖੀ ਖੂਬਸੂਰਤੀ ਕਾਰਨ ਘੁੰਮਣ ਫਿਰਨ ਵਾਲਿਆਂ ਲਈ ਖਿੱਚ ਦਾ ਕੇਂਦਰ ਹੈ ਤੇ ਕੋਈ ਵੀ ਐਸਾ ਸੈਲਾਨੀ ਨਹੀਂ ਭਾਵੇਂ ਭਾਰਤ ਦੇ ਕਿਸੇ ਵੀ ਰਾਜ ਦਾ ਜਾਂ ਬਾਹਲੇ ਮੁਲਕਾਂ ਦਾ ਹੋਵੇ ਉਹ ਨੀਕ ਚੰਦ ਦੀ ਕਲਾ ਦੀ ਖੂਬਸੂਰਤੀ ਦੀ ਪ੍ਰਸ਼ੰਸਾ ਕੀਤੇ ਬਿਨਾ ਨਹੀਂ ਰਹਿ ਸਕਦਾ ਚੰਡੀਗੜ੍ਹ ਸੜਕ ਨਿਰਮਾਣ ਵਿਭਾਗ 'ਚ ਨੌਕਰੀ ਕਰਦਿਆਂ ਨੀਕ ਚੰਦ ਨੇ 1958 ਵਿੱਚ ਚੁੱਪਚੀਪੇ ਸੁਖਨਾ ਚੀ ਲਾਗੇ ਪਈ ਉਜਾਰ ਥਾਂ ਵਿੱਚ ਮੂਰਤੀਆਂ ਬਣਾਉਂਦਾ ਕੰਮ ਸ਼ੁਰੂ ਕੀਤਾ ਉਹ ਆਪਣੀ ਸਾਈਕਲ ਤੇ ਲੋਕਾਂ ਦਾ ਸੁੱਟਿਆ ਕਬੜ ਫालतू ਚੀਜ਼ਾਂ ਇਕੱਠੀਆਂ ਕਰਦੇ ਤੇ ਜੰਗਲ ਵਿੱਚ ਢੇਲ ਲਾਉਂਦੇ ਰਹਿੰਦੇ ਨੀਕਚੰਦ 18 ਸਾਲ ਟੁੱਟੀਆਂ ਭੱਜੀਆਂ ਚੀਜ਼ਾਂ ਇਕੱਠੀਆਂ ਕਰਦੇ ਰਹੇ ਨਾਲ ਦੇ ਨਾਲ ਉਹ ਕਬਾਰ ਤੋਂ ਸ਼ਾਕਾਰ ਕਲਾਕ੍ਰਿਤਾ ਦਾ ਨਿਰਮਾਣ ਵੀ ਕਰਦੇ ਰਹੇ ਹੈਰਾਨੀ ਦੀ ਗੱਲ ਹੈ ਕਿ ਜੰਗਲ ਵਿੱਚ ਇਹ ਕਲਾ ਸਿਰਜਦਿਆਂ ਉਹਨਾਂ ਨੇ ਕਿਸੇ ਨੂੰ ਪਿੰਕ ਤੱਕ ਨਹੀਂ ਪਹੁੰਚ ਦਿੱਤੀ ਇਸ ਕੰਮ ਵਿੱਚ ਨੇਕਚੰਦ ਦੀ ਪਤਨੀ ਵੀ ਕਦੇ-ਕਦਾਈ ਉਹਨਾਂ ਦਾ ਹੱਥ ਵਟਾਉਂਦੀ ਨੇਕਚੰਦ ਜੀ ਪੀ ਡਬਲਯੂ ਡੀ ਸੜਕ ਨਿਰਮਾਣ ਵਿਭਾਗ ਵਿੱਚ ਨੌਕਰੀ ਕਰਦੇ ਤੇ ਉਹਨਾਂ ਨੇ ਲੋਕਾਂ ਦੁਆਰਾ ਸੁੱਟਿਆ ਕਬਾਰ ਫालतू ਚੀਜ਼ਾਂ ਜੰਗਲ ਵਿੱਚ ਇਕੱਠੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਤੇ ਪੂਰੇ 18 ਸਾਲ ਤੱਕ ਉਹ ਟੁੱਟੀਆਂ ਭੱਜੀਆਂ ਚੀਜ਼ਾਂ ਇਕੱਠੀਆਂ ਕਰਦੇ ਰਹੇ ਤੇ ਨਾਲ ਹੀ ਇਹਨਾਂ ਟੁੱਟੀਆਂ ਭੱਜੀਆਂ ਚੀਜ਼ਾਂ ਨੂੰ ਇੱਕ ਨਵਾਂ ਨਵੀਂ ਕਲਾਕ੍ਰਿਤੀ ਦਿੰਦੇ ਰਹੇ ਤੇ ਇਸੇ ਇਹ ਕਲਾਕ੍ਰਿਤੀ ਦੇ ਕੰਮ ਕਰਦੇ ਅਹੀਂ ਉਹਨਾਂ ਨੇ ਕਿਸੇ ਨੂੰ ਇਸ ਬਾਰੇ ਪਤਾ ਤੱਕ ਲੱਗ ਨਹੀਂ ਦਿੱਤਾ ਵਰਤਮਾਨ ਰੌ ਗਾਰਡਨ ਉਦੋਂ ਜੰਗਲ ਬਿਆਬਾਨ ਉਜਾਰ ਥਾਂ ਸੀ ਨੀਕਚੰਦ ਸਰਕਾਰੀ ਡਿਊਟੀ ਤੋਂ ਬਾਅਦ ਹਨੇਰਾ ਹੋਣ ਤੱਕ ਇੱਥੇ ਆ ਕੇ ਕੰਮ ਕਰਦਾ ਕਲਾਕ੍ਰਿਤਾ ਬਣਾਉਣ ਲਈ ਉਹ ਸਾਈਕਲਾਂ ਦੇ ਪੁਰਾਣੇ ਟਾਇਰ ਬਲਕਿ ਚਾਨਣ ਕਰਦਾ ਫਿਰ ਉਹ ਬਲ ਦੇ ਟਾਇਰ ਨੂੰ ਮਿਸ਼ਾਲ ਵਾਂਗ ਹੱਥ 'ਚ ਫੜ ਕੇ ਜੰਗਲ ਤੋਂ ਬਾਹਰ ਆਉਂਦਾ ਪਿਆਰੇ ਵਿਦਿਆਰਥੀਓ ਅੱਗੇ ਪੜਨ ਤੋਂ ਪਹਿਲਾਂ ਆਓ ਇਸਨ ਵਿਸਥਾਰ ਬਾਰੇ ਜਾਣੀਏ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਉਸ ਸਮੇਂ ਇੰਨੀਆਂ ਸਹੂਲਤਾਂ ਨਹੀਂ ਸੀ ਹੁੰਦੀਆਂ ਤੇ ਨਾ ਹੀ ਜੰਗਲ ਵਿੱਚ ਕੋਈ ਰੋਸ਼ਨੀ ਦਾ ਪ੍ਰਬੰਧ ਸੀ ਤੇ ਕਿਵੇਂ ਉਹਨਾਂ ਨੇ ਉਸੇ ਫालतੂ ਕਬਾਰ ਸਮਾਨ ਵਿੱਚੋਂ ਸਾਈਕਲ ਦੇ ਪੁਰਾਣੇ ਟਾਇਰ ਨੂੰ ਬਾਲ ਕੇ ਇੱਕ ਮਿਸ਼ਾਲ ਵਾਂਗ ਬਣਾ ਕੇ ਜੰਗਲ ਵਿੱਚ ਸਾਰਾ ਕੰਮ ਕਰਦੇ ਉਸ ਦੀ ਰੋਸ਼ਨੀ ਹੇਠ ਹੀ ਕੰਮ ਕਰਦੇ ਤੇ ਉਸੇ ਮਿਸ਼ਾਲ ਨੂੰ ਫੜ ਕੇ ਜੰਗਲ ਵਿੱਚੋਂ ਬਾਹਰ ਆਉਂਦੇ ਸਨ 18 ਸਾਲ ਚੋਰੀ-ਛਿਪੇ ਕੰਮ ਕਰਕੇ ਨੀਕਚੰਦ ਨੇ ਬਹੁਤ ਸਾਰੀਆਂ ਮੂਰਤੀਆਂ ਜਾਂ ਬੁੱਤ ਤਿਆਰ ਕਰ ਲਏ ਫਿਰ ਇੱਕ ਦਿਨ ਨੀਕਚੰਦ ਦੇ ਮਹਿਕਮੇ ਦੇ ਅਫਸਰਾਂ ਨੂੰ ਪਿੰਕ ਪੈ ਗਈ ਉਹਨਾਂ ਜੰਗਲ ਵਿੱਚ ਆ ਕੇ ਜਦੋਂ ਨੀਕਚੰਦ ਦਾ ਕੰਮ ਦੇਖਿਆ ਤਾਂ ਉਹਨਾਂ ਨੂੰ ਬਹੁਤ ਹੈਰਾਨੀ ਵੀ ਹੋਈ ਤੇ ਖੁਸ਼ੀ ਵੀ ਹੋਈ ਇਸ ਪ੍ਰਕਾਰ ਨੇਕਚੰਦ ਦੇ ਕੰਮ ਨੂੰ ਥੋੜੀ ਜਹੀ ਮਾਨਤਾ ਮਿਲ ਗਈ ਜੰਗਲ ਵਿੱਚ ਇਸ ਥਾਂ ਤੱਕ ਆਉਣ ਲਈ ਸੜਕੀ ਰਸਤੇ ਦਾ ਪ੍ਰਬੰਧ ਕੀਤਾ ਜਾਣ ਲੱਗਾ ਪਿਆਰੇ ਵਿਦਿਆਰਥੀਓ ਇਸ ਮਹਾਨ ਕੰਮ ਨੂੰ ਕਰਦਿਆਂ ਹੀ ਉਹਨਾਂ ਨੇ ਕਿਸੇ ਨੂੰ ਪਤਾ ਨਾ ਲੱਗਣ ਦਿੱਤਾ ਪਰ ਫਿਰ ਇੱਕ ਦਿਨ ਅਚਾਨਕ ਉਹਨਾਂ ਦੇ ਵਿਭਾਗ ਦੇ ਇੱਕ ਅਫਸਰ ਨੂੰ ਜਾਦ ਪਤਾ ਲੱਗਾ ਤਾਂ ਉਹ ਬਹੁਤ ਹੈਰਾਨ ਹੋਏ ਤੇ ਉਹਨਾਂ ਦੇ ذریعے ਉਹਨਾਂ ਦੇ ਇਸ ਮਹਾਨ ਕੰਮ ਨੂੰ ਥੋੜੀ ਮਾਨਤਾ ਪ੍ਰਾਪਤ ਹੋਈ ਪਹਿਲੀ ਵਾਰ ਸਾਲ 1976 ਵਿੱਚ ਇਸ ਜਗ੍ਹਾ ਨੂੰ ਲੋਕਾਂ ਦੇ ਦੇਖਣ ਲਈ ਸਰਕਾਰੀ ਤੌਰ ਤੇ ਖੋਲ ਦਿੱਤਾ ਗਿਆ ਇਸ ਵਿਲੱਖਣ ਕਲਾ ਸਥਾਨ ਦਾ ਨਾਂ ਨੀਕ ਚੰਦ ਨੇ ਰੌ ਗਾਰਡਨ ਪਾ ਪੱਥਰਾਂ ਦਾ ਬਾਗ ਰੱਖ ਦਿੱਤਾ ਰਾਗ ਗਾਰਡਨ ਦੀ ਸ਼ੁਰੂ ਹੁੰਦਿਆਂ ਹੀ ਇਸ ਦੀ ਪ੍ਰਸਿੱਧੀ ਦੂਰ ਤੂਰ ਤਾਈਂ ਫੈਲ ਗਈ। ਚੰਡੀਗੜ੍ਹ ਪ੍ਰਸ਼ਾਸਨ ਨੂੰ ਰੌਗ ਗਾਰਡਨ 'ਤੇ ਨੀਕ ਚੰਦ ਤੇ ਮਾਨ ਹੋਣ ਲੱਗਾ। ਰੌਗ ਗਾਰਡਨ 3 ਏਕੜ ਰਕਬੇ ਰਕਬੇ ਖੇਤਰਫਲ ਵਿੱਚ ਫੈਲਿਆ ਹੋਇਆ ਹੈ। ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਇਸ ਦੀ ਉਸਾਰੀ ਦਾ ਕੰਮ ਹੌਲੀ-ਹੌਲੀ ਚੱਲਦਾ ਆ ਰਿਹਾ ਹੈ। ਕਹਿਣ ਦਾ ਭਾਵ ਕੀ ਜਦੋਂ ਤੋਂ ਹੀ ਰੌ ਗਾਰਡਨ ਬਣਿਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਉਸ ਦੀ ਉਸਾਰੀ ਦਾ ਕੰਮ ਹੌਲੀ-ਹੌਲੀ ਚੱਲਦਾ ਆ ਰਿਹਾ ਹੈ ਰੌ ਗਾਰਡਨ ਕਿਸੇ ਵੀ ਦਿਨ ਬੰਦ ਨਹੀਂ ਕੀਤਾ ਜਾਂਦਾ ਲਗਭਗ 4000 ਦਰਸ਼ਕ ਰੋਜ਼ਾਨਾ ਇਸ ਨੂੰ ਦੂਰੋਂ-ਦੂਰੋਂ ਦੇਖਣ ਆਉਂਦੇ ਹਨ ਨੀਕ ਚੰਦ ਦੱਸਦੇ ਹਨ ਕਿ ਉਹਨਾਂ ਨੇ ਰੌ ਗਾਰਡਨ ਦੀ ਬੰਦ ਤੇ ਰਾਹੀਂ ਪੱਥਰਾਂ ਤੇ ਕਬਾਰ ਚ ਛੁਪੀ ਜ਼ਿੰਦਗੀ ਨੂੰ ਦਰਸਾਇਆ ਹੈ ਇਸ ਦੇ નિર્ਮਾਣ ਰਾਹੀਂ ਫਾਲਤੂ ਸਮਾਨ ਕਬਾਰ ਦੀ ਕਦਰ ਅਤੇ ਉਸ ਦੀ ਵਰਤੋਂ ਦੇ ਹੁਨਰ ਦਾ ਸੁਨੇਹਾ ਮਿਲਦਾ ਹੈ ਪਿਆਰੇ ਵਿਦਿਆਰਥੀਓ ਨੀਤ ਚੰਦ ਜੀ ਨੇ ਆਪਣੀ ਕਲਾ ਰਾਹੀਂ ਇਨ੍ਹਾਂ ਫਾਲਤੂ ਕਬਾਰ ਸਮਾਨ ਰਾਹੀਂ ਸਾਨੂੰ ਇਹ ਸੁਨੇਹਾ ਦਿੱਤਾ ਹੈ ਕਿ ਜ਼ਿੰਦਗੀ ਵਿੱਚ ਕੋਈ ਵੀ ਚੀਜ਼ ਬੇਕਾਰ ਜਾਂ ਫਾਲਤੂ ਨਹੀਂ ਹੁੰਦੀ ਨੇਕ ਚੰਦ ਦੱਸਦੇ ਹਨ ਕਿ ਉਹਨਾਂ ਨੇ ਕਾਗਜ਼ ਤੇ ਪਹਿਲਾਂ ਪਲਾਨ ਬਣਾ ਕੇ ਕਦੇ ਕੰਮ ਨਹੀਂ ਕੀਤਾ ਉਹਨਾਂ ਦੇ ਮਨ ਵਿੱਚ ਜਿਵੇਂ ਵੀ ਖਿਆਲ ਆਇਆ ਕਲਾਕਿਰਤਾ ਸਿਰਜ ਦਿੱਤੀਆਂ ਕਿ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਕਦੇ ਵੀ ਕਿਸੇ ਵੀ ਕੰਮ ਨੂੰ ਪਲਾਨ ਨਹੀਂ ਸੀ ਕੀਤਾ ਤੇ ਉਹਨਾਂ ਦੇ ਮਨ ਵਿੱਚ ਦਿਮਾਗ ਵਿੱਚ ਜੋ ਵੀ ਖਿਆਲ ਆਇਆ ਉਹਨਾਂ ਨੇ ਉਹੀ ਸਿਰਜੇ ਦਿੱਤਾ ਉਸ ਦੀ ਰਚਨਾ ਕਰ ਦਿੱਤੀ ਨੇਕ ਚੰਦ ਦੀ ਕਲਾ ਅਤੇ ਲੰਮੀ ਕਲਨਾ ਕਲਨਾ ਮਿਹਨਤ ਮੁਸ਼ਕਲ ਦਾ ਸਤਿਕਾਰ ਕਰਦਿਆਂ ਪਾਰਤ ਸਰਕਾਰ ਨੇ ਉਹਨਾਂ ਨੂੰ ਪਦਮਸ਼ਰੀ ਦਾ ਉੱਚ ਸਨਮਾਨ ਦਿੱਤਾ ਨੇਕ ਚੰਦ ਪੈਰਿਸ ਵਸ਼ਿੰਗਟਨ ਵਿਸਕਾਨਸਿਨ ਜਰਮਨ ਵਿਖੇ ਵੀ ਹੁਣ ਤੱਕ ਆਪਣੀ ਦੇਖਰੇਖ ਵਿੱਚ ਛੋਟੇ ਰੋਗ ਗਾਰਡਨਾਂ ਦਾ ਨਿਰਮਾਣ ਕਰ ਚੁੱਕੇ ਹਨ ਉਹਨਾਂ ਦਾ ਬੇਟਾ ਅਨੁਜ ਸੈਣੀ ਵੀ ਅੱਜਕੱਲ ਇਹ ਇਸੇ ਖੇਤਰ ਵਿੱਚ ਸਰਗਰਮੀ ਨਾਲ ਕੰਮ ਕਰ ਰਿਹਾ ਹੈ। ਨੇਕਚੰਦ ਜੀ ਨੇ ਸਿਰਫ ਚੰਡੀਗੜ੍ਹ ਵਿੱਚ ਹੀ ਨਹੀਂ ਸਗੋਂ ਬਹੁਤ ਸਾਰੇ ਬਾਹਰੀ ਦੇਸ਼ਾਂ ਵਿੱਚ ਡ੍ਰੌਗ ਗਾਰਡਨ ਬਣਾਏ ਹਨ ਤੇ ਅੱਜਕੱਲ ਉਹਨਾਂ ਦਾ ਬੇਟਾ ਵੀ ਪੂਰੀ ਜੋਰ-ਸ਼ੋਰ ਨਾਲ ਇਸ ਕੰਮ ਵਿੱਚ ਲੱਗਿਆ ਹੋਇਆ ਹੈ। ਨੇਕਚੰਦ ਸਿਰੜੀ ਕਾਮਾ ਤੇ ਫਖਰ ਸੁਭਾਅ ਵਾਲੀ ਸ਼ਖਸੀਅਤ ਆ ਮਾਲਕ ਸਿੰਘ। ਸ਼ਹਰਤ ਦੀ ਤਸੀ ਤੇ ਬਹਿ ਕੇ ਵੀ ਉਹ ਦੁਨੀਆਂ ਦੇ ਰੋਲੇ ਗੋਲੇ ਤੋਂ ਦੂਰਿਆ ਪਿਆਰੇ ਵਿਦਿਆਰਥੀਓ ਇੰਨੀ ਸ਼ਹਰਤ ਇੰਨੀ ਸਫਲਤਾ ਮਿਲਣ ਦੇ ਬਾਵਜੂਦ ਵੀ ਉਹਨਾਂ ਨੇ ਬੜੇ ਹੀ ਸਾਦੇ ਤਰੀਕੇ ਨਾਲ ਜ਼ਿੰਦਗੀ ਜੀ ਹੈ 15 ਦਸੰਬਰ 1924 ਨੂੰ ਜਨਮਿਆ ਨੀਕ ਚੰਦ 91 ਸਾਲਾਂ ਦੀ ਉਮਰ ਤੱਕ ਮਸਤੋਂ ਵਿੱਚ ਆਪਣੇ ਕੰਮ ਵਿੱਚ ਲੱਗਾ ਰਿਹਾ ਉਹ ਰੌ ਗਾਰਡਨ ਸਥਿਤ ਆਪਣੇ ਦਫ਼ਤਰ ਵਿੱਚ ਬਹਿ ਕੇ ਆਖਰੀ ਸਾਹ ਤੱਕ ਰੋ ਗਾਰਡਨ ਦੇ ਡਾਇਰੈਕਟਰ ਅਤੇ ਕ੍ਰியேਟਰ ਬਣਾਉਣ ਵਾਲਾ ਦੇ ਅਹੁਦੇ ਤੇ ਕੰਮ ਕਰਦਿਆਂ ਹੋਇਆ 12 ਜੂਨ 2015 ਨੂੰ ਕਲਾ ਦੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਪਿਆਰੀ ਵਿਦਿਆਰਥੀਓ ਆਪਣੀ ਜੀਵਨ ਕਹਾਣੀ ਨਾਲ ਉਹਨਾਂ ਇਹ ਸਾਬਤ ਕਰ ਦਿੱਤਾ ਕਿ ਸਖਤ ਮਿਹਨਤ ਅਤੇ ਲਗਨ ਨਾਲ ਇਨਸਾਨ ਕੁਝ ਵੀ ਹਾਸਲ ਕਰ ਸਕਦਾ ਹੈ ਕਿਸੇ ਵੀ ਕੰਮ ਨੂੰ ਸਿਰੇ ਲਾਉਣ ਲਈ ਕਿਸੇ ਡਿਪਲੋਮੇ ਜਾਂ ਡਿਗਰੀ ਦੀ ਜ਼ਰੂਰਤ ਨਹੀਂ ਹੁੰਦੀ ਸਾਨੂੰ ਉਹਨਾਂ ਦੇ ਜੀਵਨ ਤੋਂ ਇਹ ਸਿੱਖਿਆ ਪ੍ਰਾਪਤ ਹੁੰਦੀ ਹੈ ਪਿਆਰੇ ਵਿਦਿਆਰਥੀਓ ਇਸ ਪਾਠ ਨਾਲ ਸੰਬੰਧਿਤ ਮੈਂ ਕੁਝ ਪ੍ਰਸ਼ਨ ਪੜਨ ਜਾ ਰਹੀ ਹਾਂ ਜਿਨ੍ਹਾਂ ਦਾ ਉੱਤਰ ਤੁਸੀਂ ਆਪਣੀ ਕਾਪੀ ਤੇ ਲਿਖਣਾ ਹੈ ਪ੍ਰਸ਼ਨ ਨੰਬਰ 1 ਰਾ ਗਾਰਡਨ ਕਿੱਥੇ ਸਥਿਤ ਹੈ? ਪ੍ਰਸ਼ਨ ਨੰਬਰ 2 ਨੀਕ ਚੰਦ ਜੀ ਕਿਸ ਵਿਭਾਗ ਵਿੱਚ ਨੌਕਰੀ ਕਰਦੇ ਸਨ? ਪ੍ਰਸ਼ਨ ਨੰਬਰ 3 ਨੀਕ ਚੰਦ ਜੀ ਨੂੰ ਪਾਰਤ ਸਰਕਾਰ ਵੱਲੋਂ ਕਿਹੜਾ ਸਨਮਾਨ ਦਿੱਤਾ ਗਿਆ? ਪ੍ਰਸ਼ਨ ਨੰਬਰ 4 ਨੀਕ ਚੰਦ ਜੀ ਕਿੰਨੇ ਸਾਲ ਦੀ ਉਮਰ ਤੱਕ ਆਪਣੇ ਕੰਮ ਵਿੱਚ ਮਸਤ ਰਹੇ? ਪ੍ਰਸ਼ਨ ਨੰਬਰ 5 ਉਹਨਾਂ ਦੇਸਾਂ ਦੇ ਨਾਮ ਲਿਖੋ। ਜਿੰਨਾ ਦੇਸ਼ਾਂ ਵਿੱਚ ਹੌਂਡਰਾ ਗਾਰਡਨ ਦਾ ਨਿਰਮਾਣ ਹੋ ਚੁੱਕਾ ਹੈ ਪ੍ਰਸ਼ਨ ਨੰਬਰ 6 ਨੀਕ ਚੰਦ ਜੀ ਨੇ ਮੂਰਤੀਆਂ ਬਣਾਉਣ ਵਿੱਚ ਕਿੰਨੇ ਸਾਲ ਲਗਾਏ ਉਸ ਤੋਂ ਬਾਅਦ ਖਾਲੀ ਥਾਨ ਭਰੋ ਰਾ ਗਾਰਡਨ ਨੂੰ ਡੈਸ਼ ਦਰਸ਼ਕ ਰਜਾਨਾ ਇਸ ਨੂੰ ਦੂਰ ਦੂਰੋਂ ਦੇਖਣੋਂ ਦੇ ਹਨ ਸਹੀ ਉੱਤਰ ਚੁਣ ਕੇ ਖਾਲੀ ਥਾਨ ਵਿੱਚ ਭਰਨਾ ਹੈ ਰੌ ਗਾਰਡਨ ਡੈਸ਼ ਏਕੜ ਵਿਚ ਬਣਿਆ ਹੋਇਆ ਹੈ ਧੰਨਵਾਦ